नहर विभाग ने जंडियाला गुरु के गुरु अर्जन देव क्षेत्र में पड़ने वाले चैनल में पानी छोड़ा, लेकिन चैनल का निर्माण अधूरा होने के कारण पानी रास्ते में ही रुक गया। जंडियाला गुरु के क्षेत्र में खू गुरु अर्जन देव में बहने वाली सड़क को पक्का करने के लिए काम शुरू किया गया था। यह निर्माण अपर बारी द्वाब जीटी रोड से गांव ठठिया तक होना था, जिसकी कुल लंबाई लगभग 5 किलोमीटर है। अब तक निर्माण केवल वैरोवाल रोड तक ही पूरा हुआ है, जो लगभग 2 किलोमीटर है। यानी खू गुरु अर्जन देव क्षेत्र में पुल, आपको बता दें कि इस निर्माण के कारण जो नहर इस नहर में गिरती थी उसे भी नहरी विभाग ने बंद कर दिया है। अब नगर परिषद जंडियाला द्वारा प्रतिदिन टैंकरों के माध्यम से गंदा पानी बाहर निकाला जाता है, लेकिन नहर विभाग के अधिकारियों का कहना है कि इस नहर का काम अधूरा पड़ा हुआ है, क्योंकि इसके निर्माण के लिए पीडब्ल्यूडी ने उन्हें पैसा नहीं दिया है। कई जगहों पर पानी ओवर फ्लो हो रहा है और लोगों के लिए परेशानी का कारण बन रहा है। आपको बता दें कि यह समय से सड़कों की सफाई नहीं हुई है। समाज सेविका कवलजीत कौर ने कहा कि सरकार को लोगों की इस समस्या पर ध्यान देना चाहिए ताकि उनकी समस्या का तुरंत समाधान हो सके। जंडियाला गुरु से पत्रकार मलकीत सिंह चिंदा की विशेष रिपोर्ट। नगर निगम पर कोई किसी की कोई जानकारी बदवारा आए नहीं देखने हुण कि हां भी ते पानी पिया जा किदा आ। ओ कहंदे सीवरेज पा रहे आ, सीवरेज दा सीवरेज भाजी थोड़ा जा उधर पुट के चल के आ, इधर गां ते कोई आया ही नहीं है जे उदां ते उदां ही पानी फिरदा। की मंग करते प्रशासन को? तुसीं प्रशासन नूं कहंदे वी सीवरेज पैणे चाहीदे, हड्डा इधर सारा साफ होणा चाहीदा, सूआ बणना चाहीदा, हले पानी दा निकास होणा चाहीदा, पानी दा वी निकास होणा चाहीदा। सब तों वड्डी गल सूए पानी बण निकास हो जाणा चाहीदा हड्डा। ਹਾਂਜੀ ਮੈਂ ਕਮਲਜੀਤ ਕੌਰ, ਸੋਸ਼ਲ ਵਰਕਰ ਜੰਡਿਆਲਾ। ਇਹ ਕਿਹੜੀ ਕਲੋਨੀ ਹੈ? ਇਹ ਖੂਹ ਗੁਰ ਅਰਜਨ ਦੇਵ ਜੀ। ਕੀ ਸਮੱਸਿਆ ਆ ਰਹੀ ਹੈ ਇੱਥੇ? ਸਮੱਸਿਆ ਇੱਥੇ ਭਾਜੀ, ਮਤਲਬ 3 ਮਹੀਨੇ ਤੋਂ ਪਹਿਲਾਂ ਨਹਿਰੀ ਵਿਭਾਗ ਨੇ ਪਾਣੀ ਬੰਦ ਕਰ ਦਿੱਤਾ ਅਤੇ ਗੰਦੇ ਪਾਣੀ ਦਾ ਜਿਹੜਾ ਸੀ ਨਿਕਾਸ ਕੋਈ ਨਹੀਂ। ਉਹ ਵੇਖੋ ਪਾਣੀ ਅਜੇ ਵੀ ਮਤਲਬ ਖੜ੍ਹਾ ਹੈਗਾ ਵਾ। ਅਤੇ ਉੱਧਰੋਂ ਸੂਏ ਦਾ ਕੰਮ ਜਿਹੜਾ ਸੀ ਉਹ ਅੱਧ ਵਿਚਕਾਲੇ ਛੱਡ ਕੇ ਅਤੇ ਠੇਕੇਦਾਰ ਉਹ ਭੱਜ ਗਿਆ। ਉਹ ਸੂਏ ਦਾ ਕੰਮ ਕੰਪਲੀਟ ਪੱਕਾ ਨਹੀਂ ਉਹਨੂੰ ਕੀਤਾ ਅਤੇ ਕੱਲ੍ਹ ਦਾ ਹੁਣ ਨਹਿਰੀ ਵਿਭਾਗ ਨੇ ਸੂਏ ਦੇ ਵਿੱਚ ਪਾਣੀ ਲੋੜ ਤੋਂ ਜ਼ਿਆਦਾ ਛੱਡ ਦਿੱਤਾ ਵਾ, ਜਿਹੜਾ ਘਰਾਂ ਦੇ ਵਿੱਚ ਆਉਣ ਡਿਆ ਵਾ। ਅਤੇ ਇਹ ਆਪਣਾ ਜਿਹੜਾ ਕੰਮ ਸੀ ਨਾ ਗੰਦੇ ਨਾਲੇ ਦਾ, ਇਹ 2-3 ਦਿਨ ਇਹ ਸ਼ੁਰੂ ਹੋਇਆ ਸੀ। ਇਹ ਵੀ ਠੇਕੇਦਾਰ ਹੁਣ ਜਿਹੜਾ ਵੀ ਕੰਮ ਛੱਡ ਕੇ ਭੱਜ ਗਿਆ। ਕੋਈ ਸਮਝ ਨਹੀਂ ਲੱਗਣ ਡੇ ਵੀ 4-5 ਮਹੀਨੇ ਤੋਂ ਜਿਹੜੇ ਇਲਾਕਾ ਨਿਵਾਸੀ ਸਾਰੇ ਪਰੇਸ਼ਾਨ ਹੋਏ ਪਏ ਆ। ਇੱਕ ਟੈਂਕਰ ਆਉਂਦਾ ਵਾ, ਉਹ 4-5 ਟੈਂਕਰ ਲੈ ਗਿਆ ਅਤੇ ਇਹ ਕੋਈ ਸਮੱਸਿਆ ਹੱਲ ਨਹੀਂ ਹੈਗੀ। ਪ੍ਰਸ਼ਾਸਨ ਨੂੰ ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ? ਪ੍ਰਸ਼ਾਸਨ ਨੂੰ ਇੱਥੇ ਪਹਿਲਾਂ ਕਿਸਾਨ ਯੂਨੀਅਨ ਸਰਦਾਰ ਦਲਜੀਤ ਸਿੰਘ ਖਾਲਸਾ, ਉਹਨਾਂ ਨੇ ਇੱਥੇ ਮਿਊਂਸੀਪਲ ਕਮੇਟੀ ਦੇ ਅੱਗੇ ਧਰਨਾ ਵੀ ਲਗਾਇਆ ਸੀ। ਉਹਨਾਂ ਨੇ ਲਿਖਤੀ ਮੰਗ ਪੱਤਰ ਜਿਹੜਾ ਲਿਖਤੀ ਦਿੱਤਾ ਸੀ ਵੀ 1 ਮਹੀਨੇ ਦੇ ਵਿੱਚ ਤੁਹਾਡਾ ਕੰਮ ਜਿਹੜਾ ਸੀਵਰੇਜ ਦਾ ਸ਼ੁਰੂ ਹੋ ਜਾਊਗਾ ਖੂਹ ਗੁਰੂ ਅਰਜਨ ਦੇਵ ਦਾ। ਜਦਕਿ ਹੁਣ 2 ਮਹੀਨੇ ਹੋ ਗਏ ਆ ਸ਼ੁਰੂ, 1 ਦਿਨ ਹੋਇਆ ਸ਼ੁਰੂ ਅਤੇ ਬਸ ਉਹ 1 ਦਿਨ ਕੰਮ ਚੱਲਿਆ ਅਤੇ ਹੁਣ ਉਹ ਕੰਮ ਫਿਰ ਬੰਦ ਠੱਪ ਹੋਇਆ ਪਿਆ। ਕਹਿੰਦੇ ETU ਦਾ ਸ਼ਹਿਰ ਹੈਗਾ, ਕਹਿੰਦੇ ਮੇਰੇ ਸ਼ਹਿਰ ਦੀ ਸਫਾਈ ਬਹੁਤ ਹੈਗੀ ਹੈ। ਹਾਂਜੀ, ਸਫਾਈ ਤੁਸੀਂ ਵੇਖਣੀ ਡੈ ਜੇ ਤੁਸੀਂ ਤਸਵੀਰਾਂ ਲੈ ਸਕਦੇ ਜੇ। ਜੇ ਤੁਹਾਡੀਆਂ ਸਮੱਸਿਆ ਦਾ ਹੱਲ ਨਹੀਂ ਹੁੰਦਾ ਕਿ ਅੱਗੇ ਕੀ ਤੁਹਾਡੀ ਰਣਨੀਤੀ ਤਿਆਰ ਕੀਤੀ ਤੁਸੀਂ? ਅੱਗੇ ਵੇਖੋ ਜੀ, ਅਸੀਂ 2-3 ਦਿਨ ਤੱਕ ਆਪਣੀ ਪਾਰਟੀ ਜਿਹੜੇ ਆਪਣਾ ਕਿਸਾਨ ਯੂਨੀਅਨ ਦੇ ਦਲਜੀਤ ਸਿੰਘ ਖਾਲਸਾ ਉਹਨਾਂ ਨਾਲ ਪ੍ਰੋਗਰਾਮ ਬਣਾ ਕੇ ਅਤੇ ਅਸੀਂ ਘਾਹ ਮੰਡੀ ਚੌਂਕ ਜਿਹੜਾ ਇਹਨੂੰ ਘੇਰਾਂਗੇ ਅਤੇ ਪੂਰੀ ਨਾਕਾਬੰਦੀ ਬੰਦ ਕਰਾਂਗੇ। ਅਤੇ ਅਸੀਂ ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਜਿਹੜੇ, ਉਹਨਾਂ ਦੇ ਨੋਟਿਸ 'ਚ ਬੜੀ ਵਾਰੀ ਲਿਆਂਦਾ ਵਾ। ਉਹ ਵੀ ਉੱਦਣ 5-6 ਦਿਨ ਹੋਏ ਆਏ ਫੋਟੋਆਂ ਖਿਚਾ ਕੇ ਵੀ ਅਸੀਂ ਬਹੁਤ ਵਿਕਾਸ ਕਰ ਰਹੇ, ਸਾਡੀ ਸਰਕਾਰ ਬਹੁਤ ਵਿਕਾਸ ਕਰ ਰਹੀ, ਜਦਕਿ ਵਿਕਾਸ ਤੁਸੀਂ ਵੇਖਣੀ ਡੈ ਜੇ ਹੁਣ।